श्री आनंदपुर साहब च नंगल मुख मार्ग से पिंड माजरा नेड़े एक तेज रफ्तार प्राइवेट बस ने एक मोटरसाइकिल में टक्कर मारी है, जिस तो बाद दर्दनाक हादसे में मोटरसाइकिल चालक की मौत हुई है। हादसा इन्ना भयानक सी कि इस हादसे में उक्त नौजवान की धौन धड़ तो वक् हो गई। चश्मदीदा के मुताबिक बस मोटरसाइकिल चालक को कुचलती हुई काफ़ी दूर तक लै गई। मौके पर पहुंची आनंदपुर साहब की पुलिस ने व्यक्ति की लाश को हुण कब्जे च लैके पोस्टमार्टम लिए भेज दिता है। बस को कब्जे च लैके जांच आरंभ दी है। ਅਮਰਪਾਲ ਸਿੰਘ ਪਿੰਡ ਨਿੱਕੂਵਾਲ ਅਸੀਂ ਆਪਣੇ ਸਕੂਟਰ 'ਤੇ ਮਜਾਰੇ ਤੋਂ ਆਨੰਦਪੁਰ ਸਾਹਿਬ ਵੱਲ ਨੂੰ ਆ ਰਿਹਾ ਸੀ ਅਤੇ ਜਦੋਂ ਇਹ ਬਰਫ ਦੇ ਕਾਰਖਾਨੇ ਕੋਲ ਪੁੱਜਿਆ ਤਾਂ ਪਿੱਛੋਂ ਇੱਕ ਨਿਊ ਫਤਿਹਗੜ੍ਹ ਕੰਪਨੀ ਦੀ ਬੱਸ ਆਈ ਅਤੇ ਉਹਦਾ ਨੰਬਰ ਹੈਗਾ PV07BX 9177 ਅਤੇ ਇਹ ਬੱਸ ਵਾਲੇ ਨੇ ਬੜੀ ਤੇਜ਼ ਸਪੀਡ 'ਚ ਸੀਗੀ ਬੱਸ ਬਹੁਤ ਤੇਜ਼ ਨਾਲ ਬਿਨਾਂ ਹਾਰਨ ਦਿੱਤੇ ਇਹ ਲਾਪਰਵਾਹੀ ਨਾਲ ਲਿਆ ਕੇ ਅਤੇ ਸਕੂਟਰ 'ਤੇ ਮੋਟਰ ਵਿੱਚ ਮਾਰੀ ਗੱਡੀ ਉਹ ਵਿੱਚ ਫਸ ਗਿਆ ਉਹਦੇ ਕਾਫੀ ਦੂਰ ਤੱਕ ਢੀਸਦੀ ਰਹੀ ਬਸ ਉਸ ਤੋਂ ਬਾਅਦ ਇਹਦੀ ਮੌਕੇ 'ਤੇ ਡੈਥ ਹੋ ਗਈ ਮੁੰਡੇ ਦੀ ਅਤੇ ਅਸੀਂ ਇਸ ਐਕਸੀਡੈਂਟ ਸੰਬੰਧੀ ਜਿਹੜਾ ਉਹਦੇ ਫਾਦਰ ਦੇ ਬਿਆਨ 'ਤੇ ਸੁਰਿੰਦਰਪਾਲ ਸਿੰਘ ਦੇ ਬਿਆਨ 'ਤੇ FIR ਦਰਜ ਕਰ ਦਿੱਤੀ ਹੈ ਜੀ ਅਤੇ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਜਿਹੜਾ ਡਰਾਈਵਰ ਸੀ ਜੀ ਉਹ ਮੌਕੇ 'ਤੇ ਫਰਾਰ ਮੌਕੇ 'ਤੇ ਭੱਜ ਗਿਆ ਜੀ ਡਰਾਈਵਰ ਮੌਕੇ 'ਤੇ ਭੱਜ ਗਿਆ ਜਿਹਨੂੰ ਜਲਦੀ ਅਰੈਸਟ ਕੀਤਾ ਜਾਵੇ ਅਤੇ ਇੱਕ ਜਿੱਦਾਂ ਓਵਰ ਸਪੀਡ ਬੱਸਾਂ ਬਹੁਤ ਚੱਲ ਰਹੀ ਆ ਜੀ ਉਸਦੇ ਇਹਦੇ ਵਿੱਚ ਅਸੀਂ ਜਿਹੜਾ ਐਕਸੀਡੈਂਟ ਦਾ ਮਾਮਲਾ ਇਹਦੇ ਵਿੱਚ ਅਸੀਂ ਓਵਰ ਸਪੀਡ ਦਾ ਵੀ ਜਿਹੜੀ ਸੈਕਸ਼ਨ ਲਾਵਾਂਗੇ ਲਾਪਰਵਾਹੀ ਵਾਲੀ ਲਾਵਾਂਗੇ ਜਿਹੜੀ ਨੈਗਲੀਜੈਂਟ ਡਰਾਈਵਿੰਗ ਦੀ ਕਾਰਵਾਈ ਹੋਈ। ਸ਼੍ਰੀ ਆਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, 5 ਅਪ ਟੂਡੇ।